ਛੜੀ ਯਾਤਰਾ ਹੈ, 12 ਸਾਲ ਬਾਅਦ ਚੱਲਦੀ ਹੈ। ਪਿੰਡ ਜਾਂਡਾ ਗ੍ਰਾਂ ਤੋਂ ਚੱਲੀ ਹੈ ਅਤੇ ਜਾਂਡਾ ਤੋਂ ਫਿਰ ਆਪਣਾ ਬਲਾਦਰੀ ਮਹੱਲੇ ਸਾਰੇ, ਫਿਰ ਸੁਆਂਖਾ ਬਾਬਾ ਦਾ, ਸੁਆਂਖੇ ਦਾ ਫਿਰ ਰਾਤੀ ਸਟੇ ਸੁਆਂਖਾ ਹੁੰਦਾ, ਸੁਆਂਖੇ ਦਾ ਸਵੇਰੇ ਚੱਲਦੇ ਹਾਂ ਅਸ ਅਤੇ ਉੱਤਰਬੈਣੀ ਇਸ਼ਨਾਨ ਦਿੰਦੇ ਹਾਂ, ਗਿਆ ਡਬਰੀ ਦਾ ਫਿਰ ਚੱਲਦੇ ਹਾਂ ਅਸ ਪੈਦਲ ਯਾਤਰਾ, ਵਾਪਸ ਜਾਂਡੇ ਜਾਣਾ ਅਸੀਂ। ਸਿੱਧਕੋਰੀਆ ਦੀ ਦੇਵ ਸਥਾਨ ਜਾਂਡਾ ਦਾ ਸ਼ੁਰੂ ਹੋਈ ਹੈ, ਰਸਤੇ 'ਚ ਸਾਰਾ ਏਰੀਆ ਕਵਰ ਕਰਦੇ ਹੋਈ ਹਰ 12 ਸਾਲ ਬਾਅਦ ਇਹ ਯਾਤਰਾ ਜਾਂਦੀ ਹੈ ਸੁਆਂਖੇ ਤੱਕ। ਇਸ ਯਾਤਰਾ 'ਚ ਆਉਣ ਵਾਲਾ ਰੂਟ ਜਾਂਡਾ, ਇੱਕ ਗ੍ਰਾਂ ਸਰਾਈ, ਨੱਢ ਔਰ ਉਹਦੇ ਕੰਨੇ ਦੇ ਏਰੀਏ, ਉਹਦੇ ਬਾਅਦ ਇਹ ਆਪਣਾ ਤੈਅ ਰੂਟ ਕਰਦੇ ਹੋਈ ਇਹ ਯਾਤਰਾ ਸੁਆਂਖੇ ਜਾਂਦੀ ਹੈ। ਇਹਦਾ ਰਾਤ ਦਾ ਸਟੇ ਸੁਆਂਖੇ ਹੁੰਦਾ, ਜਿੱਥੇ ਇਹਦਾ ਬੱਬੇ ਸਵਾਗਤ ਹੁੰਦਾ। ਸੁਆਂਖਾ ਗੱਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਾਬੇ ਸਵਾਗਤ ਕਰਦੀ ਹੈ ਇਸ ਯਾਤਰਾ ਦਾ, ਔਰ ਅਗਲੇ ਦਿਨ ਬਦਲੇ 7 ਵਜੇ ਉੱਥੋਂ ਪ੍ਰਸਥਾਨ ਕਰੀਏ। ਇਹ ਯਾਤਰਾ ਉੱਤਰਬੈਣੀ ਗਿਆ ਨਹੀਂ ਹੈ, ਗਿਆ ਡਬਰੀ 'ਚ ਇਸ਼ਨਾਨ ਕਰੀਏ, ਅੱਜ ਇਸ ਵੇਲੇ ਸੰਗੜ ਗ੍ਰਾਂ 'ਚ ਪੁੱਜੀ ਹੈ, ਔਰ ਇਹਦੇ ਬਾਅਦ 'ਚ ਪਾਇਆ ਚੀਲਾ ਡੰਗੇ ਹੁੰਦੇ ਹੋਈ ਇਹਨਾਂ ਆਪਣੇ ਸਥਾਨ 'ਚ ਗ੍ਰਾਂ ਜਿਹੜੇ ਬੜਲਾ ਬ੍ਰਾਹਮਣਾ ਸਰਨਾ ਕੀ ਕਵਰ ਕਰਦੇ ਹੋਈ ਵਾਪਸ ਜਾਂਡੇ ਪੁੱਜਣਾ। ਇਹ ਹਰ 12 ਸਾਲ ਬਾਅਦ ਇਹ ਯਾਤਰਾ ਹੁੰਦੀ ਹੈ, ਜਿਹਦੇ 'ਚ 1000 ਕੋਲੋਂ ਜ਼ਿਆਦਾ ਆਦਮੀ ਇਸ ਯਾਤਰਾ 'ਚ ਸ਼ਾਮਿਲ ਹੋਇਆ। ਇਹ ਇੱਕ ਬਿਰਾਦਰੀ ਦੀ ਯਾਤਰਾ ਜਿਹਦੇ ਕੰਨੇ ਜਿੰਨੇ ਦੇਵਤੇ ਬਾਬਾ ਸਿੱਧਕੋਰੀਆ ਦੇ ਰਸਤੇ 'ਚ ਆਉਣ ਵਾਲੇ ਉਹ ਸਾਰੇ ਇਸ ਯਾਤਰਾ 'ਚ ਸ਼ਾਮਿਲ ਹੁੰਦੇ ਨੇ, ਔਰ ਇਸ ਯਾਤਰਾ ਲਈ ਇੱਕ ਤਹਿ ਸਮੇਂ ਦੇ ਵਿੱਚ ਨਿਰਧਾਰਿਤ ਕੀਤੇ ਦੇ ਰੂਟ ਉੱਪਰ ਆਉਣੀ ਹੈ ਔਰ ਆਪਣੀ ਮੁਕੰਮਲ ਮੁਕਾਮ ਯਾਤਰਾ ਕੀ ਪੂਰੀ ਕਰਦੇ। ਔਰ ਬਹੁਤ ਸ਼ੁਭ ਮੇਲਾ ਹੈ ਜਿਹਦੇ 'ਚ ਨਿੱਕੇ ਵੱਡੇ ਬਜ਼ੁਰਗ ਸਾਰੇ, ਔਰ ਇਸ ਯਾਤਰਾ ਦਾ ਜਗ੍ਹਾ ਜਗ੍ਹਾ ਉੱਪਰ ਬਹੁਤ ਬਾਬੇ ਸਵਾਗਤ ਕੀਤਾ ਲੋਕਾਂ ਕੀ, ਕੋਈ ਫੁਹਾਰ ਕੋਈ ਦੁੱਧੇ ਕੰਨੇ ਕੋਈ ਠੰਡੇ ਪਾਣੀ ਕੰਨੇ, ਕਈ ਜਗ੍ਹਾ ਲੋਕਾਂ ਛਬੀਲਾਂ ਲਾਈਆਂ, ਜਿਹਦਾ ਇਹ ਯਾਤਰਾ ਤਹਿ ਦਿਲ ਕੰਨੇ ਸਵਾਗਤ ਕਰਦੀ ਹੈ। ਧੰਨਵਾਦ ਜੀ।